ਟੀਵੀ ਪ੍ਰੋਗਰਾਮ ਦੇਖਣ ਜਾ ਰਹੇ ਸਾਰੇ ਦਰਸ਼ਕਾਂ ਨੂੰ ਸਿੱਧੂ ਵੱਲੋਂ ਪਿਆਰ ਤੇ ਨਿੱਘ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਦੇ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਜੀ ਆਇਆਂ ਨੂੰ। ਇੱਕ ਵਾਰੀ ਫੇਰ ਸਿਹਤ ਸੰਭਾਲ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਸਿਹਤ ਸੰਭਾਲ ਦੇ ਵਿੱਚ ਅਸੀਂ ਸਿਹਤ ਦੀਆਂ ਵੱਖ ਵੱਖ ਬਿਮਾਰੀਆਂ ਵੱਖ ਵੱਖ ਅਲਾਮਤਾਂ ਦੇ ਬਾਰੇ ਗੱਲਬਾਤ ਕਰਦੇ ਹਾਂ। ਸਭ ਤੋਂ ਵੱਧ ਪਸੰਦੀਦਾ ਪ੍ਰੋਗਰਾਮ ਤੁਹਾਡਾ ਸਿਹਤ ਸੰਭਾਲ ਹੀ ਹੈ ਔਰ ਸਾਡੀ ਕੋਸ਼ਿਸ਼ ਵੀ ਇਹੀ ਹੁੰਦੀ ਹੈ ਕਿ ਵੱਧ ਤੋਂ ਵੱਧ ਅਵੇਅਰਨੈਸ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇ। ਤੁਹਾਡੇ ਅਕਸਰ ਫੋਨ ਕਾਲ ਜਿਹੜੇ ਨੇ ਉਹ ਆਉਂਦੇ ਰਹਿੰਦੇ ਨੇ ਵੱਖ ਵੱਖ ਵਿਸ਼ਿਆਂ ਦੇ ਉੱਪਰ ਜਿਹਦੇ ਨਾਲ ਤੁਹਾਨੂੰ ਕੰਸਰਨ ਹੁੰਦਾ, ਤੁਸੀਂ ਉਹਨਾਂ 'ਤੇ ਗੱਲਬਾਤ ਸੁਣਨੀ ਚਾਹੁੰਦੇ ਹੋ। ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਔਰਤਾਂ ਮਰਦਾਂ ਬੱਚਿਆਂ ਬਜ਼ੁਰਗਾਂ ਸਾਰੀ ਵਰਗ ਉਮਰ ਦੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਸਿਹਤ ਨਾਲ ਸੰਬੰਧਿਤ ਇਸ਼ੂਜ਼ ਦੇ ਬਾਰੇ ਗੱਲਬਾਤ ਕੀਤੀ ਜਾਵੇ। ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਲਈ ਸਾਨੂੰ ਸਹਿਯੋਗ ਹੋਮਿਓ ਕਲੀਨਿਕ ਦਾ ਸਹਿਯੋਗ ਹਾਸਲ ਹੁੰਦਾ ਹੈ। ਸਹਿਯੋਗ ਹੋਮਿਓ ਕਲੀਨਿਕ ਜਿਹੜਾ ਕਿ ਬ੍ਰੈਂਪਟਨ ਦੇ ਵਿੱਚ ਸਥਿਤ ਹੈ, ਹਾਲ ਦੀ ਘੜੀ 269 ਕੁਈਨ ਸਟਰੀਟ ਈਸਟ ਬ੍ਰੈਂਪਟਨ ਦੇ ਵਿੱਚ 410 ਅਤੇ ਕੁਈਨ ਦੇ ਇਲਾਕੇ ਦੇ ਵਿੱਚ ਹੈ ਔਰ ਬਹੁਤ ਜਲਦੀ ਇਸ ਜੂਨ ਦੀ ਪਹਿਲੀ ਤਰੀਕ ਤੋਂ 145 ਕਲੀਅਰੈਂਸ ਸਟਰੀਟ ਬ੍ਰੈਂਪਟਨ ਦੇ ਵਿੱਚ ਹੀ ਕੈਨੇਡੀ ਦੇ ਕਲੀਅਰੈਂਸ ਦੇ ਬਿਲਕੁਲ ਖੂੰਜਾ ਬਣਦਾ ਯੂਨਿਟ ਨੰਬਰ 26 ਦੇ ਵਿੱਚ ਨਵਾਂ ਆਫਿਸ ਹੋਵੇਗਾ। ਫੋਨ ਨੰਬਰ ਸੇਮ ਹੀ ਹੋਣਗੇ 647-856-2516 856-2516 'ਤੇ ਤੁਸੀਂ ਕਿਸੇ ਕਿਸਮ ਦੀ ਗੱਲਬਾਤ ਲਈ ਫੋਨ ਕਰ ਸਕਦੇ ਹੋ। ਇਸ ਵਾਕ ਇਨ ਕਲੀਨਿਕ, ਕੋਈ ਅਪੁਆਇੰਟਮੈਂਟ ਬਣਾਉਣ ਦੀ ਜ਼ਰੂਰਤ ਨਹੀਂ। ਸਵੇਰੇ 10 ਵਜੇ ਤੋਂ ਲੈ ਕੇ ਅਤੇ ਸ਼ਾਮੀ 6 ਵਜੇ ਤੱਕ ਤੁਸੀਂ ਉੱਥੇ ਹਫ਼ਤੇ ਦੇ 7 ਦਿਨ ਪਹੁੰਚ ਸਕਦੇ ਹੋ। ਔਰ ਹਰ ਵਾਰ ਦੀ ਤਰ੍ਹਾਂ ਪਰਮਿੰਦਰ ਕੌਰ ਜੀ ਹੋਮਿਓਪੈਥ ਮਾਹਰ ਆਪਣੇ ਨਾਲ ਨੇ। ਪਰਮਿੰਦਰ ਜੀ ਆਇਆਂ ਨੂੰ ਸਵਾਗਤ। ਥੈਂਕ ਯੂ ਸੋ ਮਚ ਸਿੱਧੂ ਜੀ, ਤੁਹਾਨੂੰ ਤੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਜਿਹੜੀ ਗੱਲਬਾਤ ਕਰਨੀ ਆ ਉਹ ਔਰਤਾਂ ਦੇ ਨਾਲ ਸੰਬੰਧਿਤ ਇਸ਼ੂਜ਼ ਬਾਰੇ ਗੱਲਬਾਤ ਕੀਤੀ ਜਾਣੀ ਹੈ। ਔਰ ਪਰਮਿੰਦਰ ਜੀ, ਕਿਹੜੇ ਕਿਹੜੇ ਮੁੱਖ ਇਸ਼ੂਜ਼ ਜਿਹੜੇ ਨੇ ਉਹ ਔਰਤਾਂ ਦੇ ਸਨਮੁਖ ਹੁੰਦੇ ਨੇ? ਦੇਰ ਆਰ ਸੋ ਮੈਨੀ ਹੈਲਥ ਇਸ਼ੂਜ਼ ਰਿਲੇਟਡ ਟੂ ਫੀਮੇਲ ਹੈਲਥ ਸਿੱਧੂ ਜੀ, ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਦੇ ਸਵਾਲ ਸਾਨੂੰ ਆਉਂਦੇ ਰਹਿੰਦੇ ਨੇ ਔਰ ਅਸੀਂ ਆਪਣੇ ਵਿਸ਼ਿਆਂ ਨੂੰ ਵੀ ਇਸ ਹਿਸਾਬ ਨਾਲ ਚੁਣਦੇ ਹਾਂ ਕਿ ਜੋ ਕੁਛ ਵੀ ਸਾਡੇ ਤੱਕ ਸਵਾਲ ਪਹੁੰਚੇ ਨੇ ਉਹਨਾਂ ਨੂੰ ਅਸੀਂ ਜਵਾਬ ਦੇ ਸਕੀਏ। ਸੋ ਜ਼ਿਆਦਾਤਰ ਫੀਮੇਲ ਹੈਲਥ ਇਸ਼ੂ ਦੇ ਅੰਦਰ ਦੋ ਮੇਨ ਕੰਸਰਨ ਜਿਹੜੇ ਨੇ ਜਿਨ੍ਹਾਂ ਬਾਰੇ ਮੈਨੂੰ ਬਹੁਤ ਸਾਰੇ ਸਵਾਲ ਵੀ ਆਉਂਦੇ ਨੇ ਐਂਡ ਪੀਪਲ ਵਾਂਟ ਟੂ ਨੋ ਮੋਰ ਅਬਾਊਟ ਦੈਮ, ਔਰ ਜ਼ਿਆਦਾ ਕਾਮਨ ਵੀ ਨੇ, ਦੈਟ ਇਜ਼ ਏਮੀਨੋਰੀਆ ਐਂਡ ਡਿਸਮੀਨੋਰੀਆ। ਸੋ ਅੱਜ ਦੇ ਜਿਹੜਾ ਸਾਡਾ ਅਸੀਂ ਕਹਿ ਸਕਦੇ ਹਾਂ ਵੀ ਪੂਰੇ ਐਪੀਸੋਡ ਦਾ ਜਿਹੜਾ ਵਿਸ਼ਾ ਹੈ ਇਹੀ ਦੋਵੇਂ ਟੋਪਿਕ ਰਹਿਣਗੇ। ਸੋ ਪਹਿਲੇ ਅਸੀਂ ਹਿੱਸੇ ਦੇ ਵਿੱਚ ਅਸੀਂ ਏਮੀਨੋਰੀਆ ਨੂੰ ਡਿਸਕਸ ਕਰਾਂਗੇ ਅਤੇ ਫਿਰ ਡਿਸਮੀਨੋਰੀਆ ਨੂੰ। ਸੋ ਏਮੀਨੋਰੀਆ ਡਿਸਮੀਨੋਰੀਆ ਤਾਂ ਅਸੀਂ ਮੈਡੀਕਲ ਟਰਮ ਵਰਤਦੇ ਪਏ ਹਾਂ, ਪਰ ਇਹ ਕੀ ਚੀਜ਼ਾਂ ਨੇ? ਸੋ ਸਾਡੇ ਤੱਕ ਸਵਾਲ ਕੀ ਪਹੁੰਚਦੇ ਨੇ ਵੀ ਸਾਡੇ ਬੱਚਿਆਂ ਦੇ ਜਾਂ ਫੀਮੇਲ ਦਾ ਸਵਾਲ ਹੁੰਦਾ ਹੈ ਵੀ ਸਾਡੇ ਆਪਣੇ ਜਿਹੜਾ ਮੈਂਸਟਰਲ ਸਾਈਕਲ ਹੈਗਾ ਉਹ ਬਹੁਤ ਜ਼ਿਆਦਾ ਇਰੈਗੂਲਰ ਹੈਗਾ ਜਾਂ ਸਮੇਂ ਸਿਰ ਨਹੀਂ ਆਉਂਦਾ ਜਾਂ 6-6 ਮਹੀਨੇ ਮਿਸ ਹੁੰਦਾ ਹੈਗਾ। ਸੋ ਉਸਦੇ ਕੀ ਕਾਰਨ ਨੇ, ਔਰ ਮੈਂ ਬਹੁਤ ਸਾਰੇ ਟ੍ਰੀਟਮੈਂਟ ਕਰਾ ਚੁੱਕੀ ਹੈਗੀ ਹਾਂ, ਜਾਂ ਫਿਰ ਮੇਰੀ ਬੱਚੀ 16 ਸਾਲਾਂ ਦੀ ਹੈਗੀ ਹੈ ਜਾਂ 15 ਸਾਲਾਂ ਦੀ ਹੈਗੀ ਹੈ ਔਰ ਹਾਲੇ ਤੱਕ ਉਸਦੇ ਮੈਂਸਟਰਲ ਸਾਈਕਲ ਅਪੀਅਰ ਨਹੀਂ ਹੋਏ, ਜਾਂ ਫਿਰ ਮੇਰੀ ਬੱਚੀ 8 ਸਾਲਾਂ ਦੀ ਹੈਗੀ ਔਰ ਆਲਰੇਡੀ ਉਹਦੇ ਮੈਂਸਟਰਲ ਸਾਈਕਲ ਅਪੀਅਰ ਹੋ ਗਏ ਨੇ, ਇਹ ਸਾਰੇ ਜਿਹੜੇ ਕੰਸਰਨਸ ਨੇ ਦੇ ਆਰ ਰਿਲੇਟਡ ਟੂ ਏਮੀਨੋਰੀਆ ਜੀ। ਸੋ ਸਭ ਤੋਂ ਪਹਿਲਾਂ ਜਿੱਦਾਂ ਅਸੀਂ ਦੱਸਿਆ ਕਿ ਏਮੀਨੋਰੀਆ ਹੈਗਾ ਇਰੈਗੂਲਰ ਮੈਂਸਟਰਲ ਸਾਈਕਲ ਜਾਂ ਫਿਰ ਐਬਸੈਂਸ ਆਫ ਮੈਂਸਟਰਲ ਸਾਈਕਲ। ਸੋ ਮੈਂਸਟਰਲ ਸਾਈਕਲ ਭਾਵ ਮੰਥਲੀ ਜਿਹੜਾ ਪੀਰੀਅਡ ਆਉਂਦਾ ਜਾਂ ਆਪਾਂ ਉਹਨੂੰ ਮਾਹਵਾਰੀ ਕਹਿੰਦੇ ਹੈਗੇ ਆ, ਮੰਥਲੀ ਜਿਹੜਾ ਉਸਦਾ ਅਪੀਅਰ ਹੋਣਾ ਉਹ ਸਹੀ ਸਮੇਂ 'ਤੇ ਨਹੀਂ ਹੈਗਾ। ਹੁਣ ਕੀ ਇੱਕ ਹਫ਼ਤਾ ਅੱਗੇ ਹੋ ਜਾਣਾ ਜਾਂ ਪਿੱਛੇ ਹੋ ਜਾਣਾ ਜਾਂ 10 ਦਿਨ ਅੱਗੇ ਪਿੱਛੇ ਹੋ ਜਾਣੇ ਨੂੰ ਵੀ ਅਸੀਂ ਏਮੀਨੋਰੀਆ ਕਹਿੰਦੇ ਹਾਂ? ਨੋ, ਦੈਟਸ ਨਾਟ ਰਾਈਟ। ਬਹੁਤ ਸਾਰੇ ਫੈਕਟਰ ਹੁੰਦੇ ਨੇ ਸਾਡੇ ਡੇਲੀ ਰੂਟੀਨ ਦੇ ਨਾਲ ਜੁੜੇ ਹੋਏ ਜਿਹੜੇ ਕਿ ਮੈਂਸਟਰਲ ਸਾਈਕਲ ਨੂੰ ਥੋੜ੍ਹਾ ਬਹੁਤ ਅੱਗੇ ਪਿੱਛੇ ਕਰ ਸਕਦੇ ਨੇ, ਬਟ ਜੇ 3 ਸਾਈਕਲ ਇਨ ਰੋ ਐਬਸੈਂਟ ਹੋਣ, ਦੈਟਸ ਵਟ ਇਜ਼ ਏਮੀਨੋਰੀਆ, ਕਿ 3 ਮਹੀਨੇ ਹੋ ਗਏ ਮੈਨੂੰ ਮੈਂਸਟਰਲ ਫਲੋ ਨਹੀਂ ਆਇਆ ਹੈਗਾ। ਹੁਣ ਜੇ ਅਸੀਂ ਏਮੀਨੋਰੀਆ ਦੀ ਗੱਲ ਕਰੀਏ ਤਾਂ ਇਹ 2 ਤਰ੍ਹਾਂ ਦਾ ਹੁੰਦਾ ਹੈ, ਪ੍ਰਾਇਮਰੀ ਐਂਡ ਸੈਕੰਡਰੀ ਏਮੀਨੋਰੀਆ। ਪ੍ਰਾਇਮਰੀ ਏਮੀਨੋਰੀਆ ਉਹ ਹੈਗਾ ਜਿੱਦਾਂ ਆਪਾਂ ਗੱਲ ਕੀਤੀ ਹੈ ਵੀ ਫੀਮੇਲ 15 ਸਾਲਾਂ ਦੀ ਵੀ ਹੋ ਗਈ, 16 ਸਾਲਾਂ ਦੀ ਮੇਰੀ ਬੱਚੀ ਹੈ, ਪਰ ਹਾਲੇ ਤੱਕ ਉਸਦੇ ਪੀਰੀਅਡ ਆਏ ਨਹੀਂ, ਸੋ ਕੰਪਲੀਟਲੀ ਡਿਸਅਪੀਅਰ, ਜਿਹੜੇ ਕਿ ਹੁਣ ਅੱਜ ਕੱਲ੍ਹ ਦਾ ਜਿਹੜਾ ਇੱਕ ਏਜ ਗਰੁੱਪ ਹੈ, ਪਹਿਲਾਂ ਏਜ ਗਰੁੱਪ 13-14 ਸਾਲ ਹੁੰਦਾ ਸੀਗਾ, ਹੁਣ ਏਜ ਗਰੁੱਪ ਜਗ੍ਹਾ 8-10 ਸਾਲ ਦੀ ਏਜ ਦੇ ਵਿੱਚ ਇਹ ਚੀਜ਼ ਅਪੀਅਰ ਹੁੰਦੀ ਹੈਗੀ ਹੈ। ਸੋ ਜੇ ਬੱਚੀ ਆਲਰੇਡੀ 14-15 ਸਾਲਾਂ ਦੀ ਹੈ ਤੇ ਹਾਲੇ ਤੱਕ ਕੋਈ ਵੀ ਸਾਈਨ ਸਿਮਟਮਸ ਆਫ ਪਿਊਬਰਟੀ ਨਹੀਂ ਹੈਗੇ, ਦੈਟ ਇਜ਼ ਕਾਲਡ ਪ੍ਰਾਇਮਰੀ ਏਮੀਨੋਰੀਆ। ਹੁਣ ਇਹਦੇ ਅੰਦਰ ਕੀ ਸਾਈਨ ਸਿਮਟਮ ਹੋਣੇ ਚਾਹੀਦੇ ਨੇ? ਅਸੀਂ ਕਹਿੰਦੇ ਹਾਂ ਪਿਊਬਰਟੀ ਦੇ ਕਿ ਬੱਚੀ ਦੇ ਕੀ ਅਸੀਂ ਕਹਿ ਸਕਦੇ ਹਾਂ ਵੀ ਬਾਡੀ ਹੇਅਰ ਜਾਂ ਫਿਰ ਉਸਦੇ ਅੰਡਰ ਆਰਮ ਹੇਅਰਸ, ਗਰੋਇਨ ਹੇਅਰ ਇਹ ਡਿਵੈਲਪ ਹੋਣ ਲੱਗ ਗਏ ਨੇ, ਚੈਸਟ ਦੀ ਡਿਵੈਲਪਮੈਂਟ ਹੋਣ ਲੱਗ ਗਈ ਹੈਗੀ ਹੈ,
सो ये सारे चीज़ा जिहड़ियां ने साइन ने बिल्कुल इहो जिहा कोई भी साइन तुहानूं अपीयर नहीं हुंदा हैगा एट दिस एज दैट इज़ प्राइमरी एमिनोरिया। हुण प्राइमरी एमिनोरिया ज़्यादातर इहदे रीज़न जिहड़े ने जेनेटिक रीज़न्स हुंदे हैगे ने। इह हो सकदा है वी पिछे जनरेशन दे अंदर वी इही रीज़न होवे वी नानी दादी या भूआ या मदर दे अंदर इस तरह ही सीगा वी उहनां दे वी काफ़ी डिलेड हॉर्मोन ऑनसेट सीगियां। या फिर कई बार यह होंदा है कि बच्चियां दे अंदर पिट्यूटरी ट्यूमर होंदा है, एक नॉन कैंसरस ट्यूमर हैगा, बट क्योंकि पिट्यूटरी ग्लैंड जड़ा सेंटर ऑफ आवर हेड साढ़े सिर दे विच होंदा और सेंटर ऑफ हॉर्मोन या एंडोक्राइनोलॉजी होंदा, भाव साढ़े जिन्ने भी हॉर्मोन साइकिल ग्लैंड है उन्हों का सेंटर धुरा हैगा। सो जदों इस ग्लैंड के अंदर ही ट्यूमर आ जाता हैगा तो उस दे नाल भी प्रॉपर सिक्रीशन ऑफ हॉर्मोन ना होण करके बच्ची दे आ कंडीशन जिहड़ी अराइज हो सकती हैगी है। नाउ वी कम टू द सेकेंडरी एमिनोरिया। और सेकेंडरी एमिनोरिया की हैगा? सेकेंडरी एमिनोरिया हैगा भी यस ऑन टाइम 10 साल दी या 11 साल दी उम्र दे विच फ्लो आण लग गया सीगा। और पहले एक साल दे विच तां जे तुहाडा मेंस्ट्रुअल साइकिल रेगुलर है 3 महीने बाद आउंदा 6 महीने बाद आउंदा डज नॉट मैटर, क्योंकि एक साल लग जाता हॉर्मोन्स टू साइकिल होण दे विच। बट जे आ लगता है कि साल भी हो गया बट साल तो बाद भी हाले भी साइकिल जिहड़ा रेगुलर नहीं हैगा, 3-3 महीने या 4-4 महीने ते आ रहा हैगा, दैन दिस इज सेकेंडरी एमिनोरिया। पर एक बार पीरियड शो अप हो गए पर उस तो बाद हुण इररेगुलर होण लग गए हैगे ने। सो देयर कुड बी सो मैनी फैक्टर्स इनवॉल्वड इन दिस। सारा तो ज़्यादा सवाल यह आते हैं भी मेरी बच्ची दे अंदर एक कंडीशन क्यों आई। पहला तो जदों ये लक्षण जदों साडा मेंस्ट्रुअल साइकिल डिसअपीयर होने लगता है या इररेगुलर होने लगता तो सिमटम्स के प्राइमरी यस एक तो हैगा मेंसेस ही शो अप नहीं होए एक प्राइमरी सिमटम है, पर वो ना शो अप होना शरीर च होर की चेंजेस आते हैं। शरीर के अंदर फीमेल के फेशियल हेयर डिवेलप होना, फेस के उत्ते बाल आने लगना क्योंकि मेल हॉर्मोन बदल लगता शरीर के अंदर, फिर तुहाडे सिर के बाल झड़न लगना, फेस ते वधन लगना, सिर ते चढ़न लगना, बॉडी ते भी वधन लगना, चेस्ट ते हेयर डिवेलप हो जाना, बैक ते हेयर डिवेलप हो जाना, बच्ची दा वजन वधन लगना, बहुत ज़्यादा वेट गेन होने लग जाना, एक्ने डिवेलपमेंट, फेस दे उत्ते शाइयां धब्बे ते एक्ने पिंपल ज़्यादा होने लगना। सो ये सारे जिहड़े लक्षण ने दे आर एसोसीएटेड टू, ते जदों साडी अपीयरेंस इदां दी होने लग जाए जी भार वधन लग गया, सिर दे बाल झड़न लग गए ने, फेस ते बाल आउण लग गए ने, फेस दे उत्ते एक्ने शाइयां आउण लग गईआं, तो फिर की होएगा साडे अंदर हीन भावना डिवेलप होएगी। सो विच मीनस के मेरे अंदर आई वॉन्ट टू आइसोलेट माई सैल्फ, मैं लुकी रहना चाहती, किसी ने गल नहीं करना चाहती, इरिटेबिलिटी हैगी है, मैं बाहर कितने नहीं जाना चाहती। ये सारे लक्षण भी जोड़े आ बच्ची दे डेली रूटीन के नाल जोड़े आुड़ने शुरू हो जाते हैं। एंड सम किड्स ऑलसो डिवेलप विजन चेंजेस, उन्होंने निगाह असर आने लगता, सही तरह दिखता नहीं है, ये सब चीज़ा भी जड़िया आने लग दया ने। हूँ अगे हैगा भी यह सब तो मैं पता लग गया मेरे बच्चे के अंदर यह लक्षण ने, तो वट इज़ द रीज़न वाई शी इज़ सफरिंग फ्रॉम दिस। सब तो पहला तो वी नीड टू नो वट कुड बी एनी लाइफ स्टाइल रीज़न, साडा अपना जीवना खाना पीना की कोई नुकसान कर सकता है कि इदा की कंडीशन मेरे अंदर आ सकती है भी मेरी चंगी भली प्यूबर्टी स्टार्ट हुई सी पर हुण इदा हो गया तो मैं की गलती कर रही हाँ, मेरी बच्ची की गलती कर रही है। उस दे अंदर सारा तो ज़्यादा आ जाता हैगा आवर डाइट जी, खुराक दे अंदर जे असी सही तरह वी आर नॉट ईटिंग प्रॉपर फूड, जिवें अपने घर के अंदर दुध का बहुत ज़्यादा प्रचलन हैगा और मैं फीमेल ते मेल दोवे बच्चे मेल बच्चे भी बहुत मोटे हुए देखे हैं जिन्हां दे बच्चे मेल बच्चों की भी ब्रेस्ट डिवेलपमेंट हुई हुई है, और आप पेरेंट्स एज अ पेरेंट ध्यान नहीं देंदे हैगे भी ये क्यों हो रहा, बिकॉज बच्चे नूं दिने रात रोटी दे नाल भी असीं दुध ही पियाई जांदे हैं। और दूजी गल जो दुध आ रहा है उसदे विच भी जिहड़े क्योंकि जिन्ने सोर्सिज ने गाइयां नूं भी जिहड़े ने जिहड़े इंजैक्शन लग रहे ने, अजकल जिहड़ी असीं सब्जियां खाने उहदे विच भी जिहड़े ने ग्रोथ हॉर्मोन जिहड़े पाए हुए ने, जे तुसीं फिश लैंदे हो फिश दे विच एक्सट्रा ग्रोथ हॉर्मोन हुंदे ने, और जे असीं मीट खाने उहदे विच भी ग्रोथ हॉर्मोन। दैट्स राइट। सो जिहड़े बच्चे ज़्यादातर मीट मच्छी ते फिर ज़्यादा डेयरी प्रोडक्ट्स ते पल रहे ने उन्हां दे अंदर आ इक प्राइमरी इशू हैगा। बिल्कुल जी, आपां हुण अग्गे हुंदा सीगा कि वेजिटेरियन ते नॉन वेजिटेरियन नूं डिफरेंशिएट कीता जा सकदा हुंदा सी, हां जी हां जी, परंतु हुण नहीं कीता जा सकदा। जे जिहड़े वेजिटेरियन ने उह दुध ते ज़्यादा जोर रखते हैं, सो दुध दे विचों भी उन्हां नूं इहो कुछ ही मिल रहा जी, जे उह सब्जियां वाले पासे जांदे सब्जियां विचों भी उह कुछ मिल रहा ते मीट मच्छी चों भी कुछ मिल रहा। एग्जैक्टली। सो दैट्स वट इज़ लीडिंग टू वन ऑफ द प्राइमरी रीज़न कि बच्चियां जिन्हां दे अंदर खास करके जे तुहानूं इह प्रॉब्लम लग रही है तो वी हैव टू वॉच के उन्हां दी डाइट खुराक किदां दी हैगी है, दैट कैन मेक चेंज। दूसरा
स्ट्रेस इज अ प्राइमरी, आपां कदे जोड़दे नहीं स्ट्रेस नूं पहली गल भी की ये चीज़ भी साडे शरीर दे अंदर इदां दे रीजनस कॉज कर सकदी है। हाँ जी, क्योंकि स्ट्रेस जिहड़ा हैगा जिदां असीं पहलां गल कीती है कि साडे मेंस्ट्रुअल साइकिल दा धुरा हैगा पिट्यूटरी ग्लैंड, हाइपोथैलमस इन द ब्रेन एंड दैन द पिट्यूटरी ग्लैंड। हाइपोथैलमस अफेक्टेड बाय द स्ट्रेस, ते उस तों अगे फिर इट्स अफेक्टेड, इट अफेक्ट्स द पिट्यूटरी ग्लैंड, ते फिर साडियां ओवरी शट ऑफ हो जांदियां हैगियां। हुण मेरे को इस चीज़ का की प्रूफ हैगा, मेरे को बीइंग अ प्रैक्टिशनर साढ़े को क्लीनिक के अंदर वो बच्चिया आदि हैं जड़ियाँ कि दसवीं तो बाद बारहवीं तो बाद घरों बहर गई ने यूनिवर्सिटी च गई ने एंड देर इज़ एक्सैसिव स्ट्रैस ऑफ स्टडी, घरों दूर रहना, सैपरेशन एंगजाइटी है, सारा कुछ जो बच्चे हिट करता है तो उस चीज़ नाल भी उन्हों का जो ग्लैंड है वो सप्रैस हो जाता, जिस दे नाल उन्हों का नॉर्मल फ्लो ऑफ हॉर्मोनस रुक जाने के नाल ਉਹਨਾਂ ਦੇ ਪੀਰੀਅਡਸ ਵੀ ਰੁਕ ਜਾਂਦੇ ਨੇ, ਵੇਟ ਗੇਨ ਹੋਣ ਲੱਗਦਾ ਅਤੇ ਉਹ ਸਾਰੇ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਇਸ ਕੇਸ ਦੇ ਅੰਦਰ ਜ਼ਿਆਦਾਤਰ ਮਾਵਾਂ ਜਦੋਂ ਬੱਚੀਆਂ ਨੂੰ ਡਾਕਟਰ ਦੇ ਲੈ ਕੇ ਜਾਂਦੀਆਂ ਉਹਨਾਂ ਨੂੰ ਟੈਂਪਰੇਰੀ ਕੰਟਰਸੈਪਟਿਵ ਦੇ ਦਿੱਤੇ ਜਾਂਦੇ ਟੂ ਹੈਵ ਆਰਟੀਫਿਸ਼ਲ ਫਲੋ, ਕਾਰਨ ਨੂੰ ਨਹੀਂ ਦੂਰ ਕੀਤਾ ਜਾਂਦਾ ਵੀ ਇਹ ਕਿਉਂ ਹੋ ਰਿਹਾ ਹੈਗਾ, ਵਟ ਐਗਜੈਕਟਲੀ ਇਜ਼ ਡਨ ਇਜ਼ ਓਨਲੀ ਗਿਵਨ ਆਰਟੀਫਿਸ਼ਲ ਫਲੋ ਕ੍ਰੀਏਟ ਕਰਨ ਲਈ, ਜਿਸ ਨਾਲ ਕਿ ਓਵੂਲੇਸ਼ਨ ਓਵਰੀ ਦੀ ਬੰਦ ਰਹਿੰਦੀ ਹੈ ਜਿੰਨੀ ਦੇਰ ਆਪਾਂ ਕੰਟਰਸੈਪਟਿਵ 'ਤੇ ਰਹਿੰਦੇ ਹਾਂ, ਅਤੇ ਬੱਚੀਆਂ ਇਸੇ ਵਿਸ਼ੀਅਸ ਸਾਈਕਲ ਆਫ ਜਿਹੜਾ ਕਿ ਓਵੂਲੇਸ਼ਨ ਬੰਦ ਰਹਿਣ ਦਾ ਸਾਈਕਲ ਹੈਗਾ ਉਹਦੇ ਅੰਦਰ ਫਸ ਜਾਂਦੀਆਂ ਹੈਗੀਆਂ ਔਰ ਲੌਂਗ ਟਰਮ ਉਹਨਾਂ ਨੂੰ ਇਹ ਕੰਟਰਸੈਪਟਿਵ ਪਿਲਸ ਖਾਣੀਆਂ ਪੈਂਦੀਆਂ। ਵੇਅਰ ਐਜ ਜੇ ਆਪਾਂ ਅਸੈਸ ਕਰਦੇ ਹਾਂ ਕੇਸ ਨੂੰ ਲੱਭਦੇ ਹਾਂ, ਕਾਰਨ ਨੂੰ ਲੱਭਦੇ ਹਾਂ ਵੀ ਬੱਚੀ ਦੇ ਅੰਦਰ ਕੀ ਹੋਇਆ, ਅੱਛਾ ਜੀ ਇਹਦਾ ਕਦੋਂ ਇਰੈਗੂਲਰ ਇਸ਼ੂ ਹੋਈ ਆ, ਜਦੋਂ ਅੱਛਾ ਬੱਚੀ ਘਰੋਂ ਬਾਹਰ ਗਈ ਆ, ਜਦੋਂ ਇਹ ਯੂਨੀਵਰਸਿਟੀ ਗਈ ਆ, ਜਦੋਂ ਤੋਂ ਇਹਨੇ ਯੂਨੀਵਰਸਿਟੀ ਸ਼ੁਰੂ ਕੀਤੀ ਹੈਗੀ ਆ, ਜਾਂ ਇਹਨੂੰ ਜਦੋਂ ਕਿਸੇ ਨੇ ਬੁਲੀ ਕੀਤਾ ਹੈਗਾ, ਜਾਂ ਇਹਨੂੰ ਫੈਮਿਲੀ ਦੇ ਅੰਦਰ ਕੋਈ ਸਿਚੁਏਸ਼ਨ ਹੋਈ ਆ, ਜਾਂ ਘਰ ਦੇ ਅੰਦਰ ਫਾਈਨੈਂਸ਼ੀਅਲ ਲਾਸ ਹੋਇਆ, ਘਰ ਦੇ ਅੰਦਰ ਕਿਸੇ ਦੀ ਡੈਥ ਹੋ ਗਈ, ਉਸ ਤੋਂ ਬਾਅਦ ਇਹਨੇ ਇੱਦਾਂ ਇਹਦੇ ਬਾਡੀ ਦੇ ਅੰਦਰ ਇਹ ਚੇਂਜਿਸ ਆਏ ਆ, ਤਾਂ ਉੱਥੇ ਕਲੀਅਰਲੀ ਅਸੀਂ ਇਸ ਸਟ੍ਰੈਸ ਫੈਕਟਰ ਨੂੰ ਹੀ ਜਦੋਂ ਟ੍ਰੀਟ ਕਰਦੇ ਹੈਗੇ ਹਾਂ ਤਾਂ ਬੱਚੀ ਦੇ ਹਾਰਮੋਨਸ ਰਿਲੈਕਸ ਹੋ ਜਾਂਦੇ ਹੈਗੇ ਨੇ, ਸਾਈਕਲ ਸਹੀ ਹੋਣਾ ਸ਼ੁਰੂ ਹੋ ਜਾਂਦਾ, ਐਂਡ ਯੂ ਡੂ ਨਾਟ ਹੈਵ ਟੂ ਬੀ ਡਿਪੈਂਡੈਂਟ ਔਨ ਦੋਜ ਹਾਰਮੋਨਸ ਫੋਰ ਰੈਸਟ ਆਫ ਦ ਲਾਈਫ। ਇਸ ਚੀਜ਼ ਤੋਂ ਅੱਗੇ ਇਹ ਆਪਾਂ ਗੱਲ ਕੀਤੀ ਹੈਗੀ ਲਾਈਫ ਸਟਾਈਲ, ਲਾਈਫ ਸਟਾਈਲ ਦੇ ਅੰਦਰ ਅਸੀਂ ਗੱਲ ਕੀਤੀ ਹੈ ਵੀ ਖੁਰਾਕ ਚੇਂਜ ਕਾਰਨ ਹੋ ਸਕਦੀ, ਸਟ੍ਰੈਸ ਕਾਰਨ ਹੋ ਸਕਦੀ ਹੈ, ਐਕਸੈਸਿਵ ਐਕਸਰਸਾਈਜ਼ ਵੀ ਕਾਰਨ ਹੋ ਸਕਦੀ ਹੈ। ਐਥਲੀਟ ਬੱਚੀਆਂ ਜਿਹੜੀਆਂ ਬਹੁਤ ਜ਼ਿਆਦਾ ਐਥਲੈਟਿਕ ਨੇ, ਉਹਨਾਂ ਦਾ ਬਾਡੀ ਦੇ ਅੰਦਰ ਫੈਟ ਕੰਟੈਂਟ ਘੱਟ ਹੈਗਾ, ਉਹਨਾਂ ਦੇ ਅੰਦਰ ਵੀ ਇਹ ਪ੍ਰੋਬਲਮ ਹੁੰਦੀ ਹੈਗੀ ਹੈ, ਬਿਕੋਜ਼ ਆਫ ਦ ਰੀਜ਼ਨ ਦੈਟ ਫੈਟ ਇਜ਼ ਆਲਸੋ ਇਨ ਅ ਰਿਕੁਆਇਰਡ, ਇੱਕ ਰਿਕੁਆਇਰਡ ਮਾਤਰਾ ਦੇ ਅੰਦਰ ਫੈਟ ਚਰਬੀ ਵੀ ਸਾਡੇ ਸਰੀਰ 'ਚ ਚਾਹੀਦੀ ਹੈਗੀ ਹੈ, ਦੈਟ ਇਜ਼ ਆਲਸੋ ਹੈਲਪਫੁਲ ਇਨ ਅਵਰ ਹਾਰਮੋਨ ਰੈਗੂਲੇਸ਼ਨ, ਹਾਰਮੋਨ ਸਟੋਰੇਜ। ਅਤੇ ਜਦੋਂ ਜਿਹੜੀਆਂ ਬੱਚੀਆਂ ਜ਼ਿਆਦਾ ਐਥਲੈਟਿਕ ਨੇ ਜਾਂ ਫਿਰ ਜਿਹੜੀਆਂ ਬੱਚੀਆਂ ਜ਼ਿਆਦਾ ਡਾਇਟਿੰਗ ਕਰਦੀਆਂ ਹੈਗੀਆਂ ਕਿ ਅਸੀਂ ਮੈਂ ਨਹੀਂ ਖਾਣਾ ਔਰ ਬਹੁਤ ਹੀ ਲੀਨ ਅਤੇ ਪਟੀਟ ਹੈਗੀਆਂ, ਉਹਨਾਂ ਦਾ ਵੀ ਇੱਕ ਪ੍ਰਾਇਮਰੀ ਰੀਜ਼ਨ, ਉਹਨਾਂ ਦਾ ਲੋਅ ਬਾਡੀ ਫੈਟ ਵੀ ਰੀਜ਼ਨ ਹੈਗਾ ਟੂ ਬੀ ਇਨ ਟੂ ਦਿਸ ਕੰਡੀਸ਼ਨ। ਅਤੇ ਦੂਸਰੇ ਪਾਸੇ ਓਬੇਸਿਟੀ ਭਾਵ ਜ਼ਿਆਦਾ ਵਜ਼ਨ ਹੋਣਾ ਵੀ ਇੱਕ ਕਾਰਨ ਹੈਗਾ ਜਿਸ ਨਾਲ ਮੈਂਸਟਰੁਅਲ ਸਾਈਕਲ ਇਰੈਗੂਲਰ ਹੁੰਦਾ। ਜ਼ਿਆਦਾ ਵਜ਼ਨ ਹੋਣ ਦੇ ਨਾਲ ਕੀ ਹੁੰਦਾ ਕਿ ਬਾਡੀ ਜਿਹੜੀ ਆ ਉਹ ਇਨਸੁਲਿਨ ਰਿਜ਼ਿਸਟੈਂਟ ਹੋ ਜਾਂਦੀ ਹੈ, ਭਾਵ ਸਰੀਰ ਦੇ ਅੰਦਰ ਇਨਸੁਲਿਨ ਜਿਸਦਾ ਕੰਮ ਹੈਗਾ ਸ਼ੂਗਰ ਨੂੰ ਬ੍ਰੇਕਡਾਊਨ ਕਰਕੇ ਐਨਰਜੀ 'ਚ ਬਣਾਉਣਾ, ਉਹ ਰਿਜ਼ਿਸਟੈਂਟ ਹੋ ਗਿਆ। ਹੁਣ ਸ਼ੂਗਰ ਸਰੀਰ 'ਚ ਫਰੀ ਫਲੋਇੰਗ ਤੁਰੀ ਫਿਰਦੀ ਆ, ਉਹ ਐਕਸੈਸਿਵ ਸ਼ੂਗਰ ਦੇ ਨਾਲ ਸਰੀਰ ਨੂੰ ਜ਼ਿਆਦਾ ਇਨਸੁਲਿਨ ਬਣਾਉਣੀ ਪੈਂਦੀ ਆ, ਜ਼ਿਆਦਾ ਇਨਸੁਲਿਨ ਜਦੋਂ ਸਰੀਰ ਨੂੰ ਬਣਾਉਣੀ ਪੈਂਦੀ ਆ ਤਾਂ ਫਿਰ ਸਰੀਰ ਦੇ ਅੰਦਰ ਐਂਡਰੋਜਨ ਹਾਰਮੋਨ ਜਿਹਨਾਂ ਨੂੰ ਕਿ ਮੇਲ ਹਾਰਮੋਨ ਕਿਹਾ ਜਾਂਦਾ ਉਹ ਜ਼ਿਆਦਾ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਭਾਰ ਜ਼ਿਆਦਾ ਹੋਣਾ ਵੀ ਅਗੇਨ ਕਾਰਨ ਬਣ ਜਾਂਦਾ ਹੈਗਾ ਇਹ ਮੈਨੋਰੀਆ ਦਾ, ਕਿ ਮੇਲ ਹਾਰਮੋਨ ਵੱਧ ਗਏ ਜਿਸ ਨਾਲ ਅਗੇਨ ਫਿਰ ਉਹਨਾਂ ਦੀਆਂ ਓਵਰੀਜ਼ ਜਿਹੜੀਆਂ ਸ਼ਟ ਅਪ ਹੋ ਜਾਂਦੀਆਂ। ਸੋ ਤੁਸੀਂ ਪਿਚਟਰੀ ਗਲੈਂਡ ਦੇ ਵਿੱਚ ਗੱਲ ਕੀਤੀ ਸੀ ਨੌਨ ਕੈਂਸਰਸ ਟਿਊਮਰ ਹੋ ਜਾਂਦਾ, ਆਮ ਤੌਰ 'ਤੇ ਜਦੋਂ ਟਿਊਮਰ ਦਾ ਨਾਂ ਹੀ ਸੁਣਦੇ ਆ ਨਾ ਤੋ ਉਦੋਂ ਹੀ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਜੀ, ਔਰ ਖਾਸ ਕਰਕੇ ਮਿਡਲ ਆਫ ਦਾ ਹੈੱਡ ਜੇ ਉਹ ਪਿਚਟਰੀ ਗਲੈਂਡ ਦੇ ਵਿੱਚ ਹੋਵੇ, ਇਹਦਾ ਕੋਈ ਹੱਲ ਹੈ? ਕਿਉਂਕਿ ਉੱਥੇ ਸਰਜਰੀ ਨਹੀਂ ਕੀਤੀ ਜਾ ਸਕਦੀ, ਉੱਥੇ ਹੋਰ ਕੁਛ ਨਹੀਂ ਪਹੁੰਚਿਆ ਜਾ ਸਕਦਾ, ਇਹਦਾ ਕੀ ਹੱਲ ਹੋ ਸਕਦਾ? ਵੈਸੇ ਤਾਂ ਦੇਰ ਆਰ ਟ੍ਰੀਟਮੈਂਟਸ ਐਜ਼ ਆਈ ਸੈਡ ਇਵਨ ਸਰਜੀਕਲ ਆਪਰੇਸ਼ਨਸ ਆਰ ਦੇਅਰ, ਬਟ ਓਨੀ ਦੂਰ ਤੱਕ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਦੇਰ ਆਰ ਟ੍ਰੀਟਮੈਂਟਸ ਇਨ ਹੋਮਿਓਪੈਥੀ, ਦੀਜ਼ ਆਰ ਨੌਨ ਕੈਂਸਰਸ ਟਿਊਮਰਸ ਜਿਨ੍ਹਾਂ ਨੂੰ ਇੰਟਰਨਲ ਮੈਡੀਕੇਸ਼ਨ ਦੇ ਨਾਲ ਹੀ ਟ੍ਰੀਟ ਕੀਤਾ ਜਾ ਸਕਦਾ, ਐਂਡ ਦੈਨ ਜਿਉਂ ਹੀ ਉਹ ਰਿਮੂਵ ਹੁੰਦੇ ਨੇ ਘਟਣੇ ਸ਼ੁਰੂ ਹੁੰਦੇ ਨੇ, ਜਿਹੜੀ ਪਿਟਿਊਟਰੀ ਗਲੈਂਡ ਹੈ ਉਹ ਸਟ੍ਰੈਸ 'ਚੋਂ ਬਾਹਰ ਆਉਂਦਾ ਹੈਗਾ ਅਤੇ ਨੋਰਮਲ ਫੰਕਸ਼ਨਿੰਗ ਕਰਦਾ, ਐਂਡ ਦੈਨ ਇਹ ਜਿਹੜਾ ਹਾਰਮੋਨਲ ਇਰੈਗੂਲੈਰਿਟੀ ਹੈਗੀ ਉਹ ਕੰਟਰੋਲ। ਹੋਮਿਓਪੈਥੀ ਦੇ ਵਿੱਚ ਇਹਦਾ ਇਲਾਜ ਹੈ, ਹੋਮਿਓਪੈਥੀ ਇਸ ਚੀਜ਼ ਨੂੰ ਟ੍ਰੀਟ ਕਰ ਸਕਦੀ ਹੈਗੀ ਹੈ। ਇਹ ਆਪਾਂ ਗੱਲ ਕੀਤੀ ਇੱਕ ਲਾਈਫ ਸਟਾਈਲ ਦੀ, ਕਿ ਲਾਈਫ ਸਟਾਈਲ ਅੰਦਰ ਕੀ ਗਲਤੀਆਂ ਹੋ ਸਕਦੀਆਂ ਜਿਸ ਨਾਲ ਇਹ ਮੈਨੋਰੀਆ ਹੋ ਸਕਦਾ। ਦੈਨ ਦੇਰ ਕੁਡ ਬੀ ਡਿਜ਼ੀਜ਼ ਕੰਡੀਸ਼ਨ, ਰੋਗ ਵੀ ਹੋ ਸਕਦੇ ਨੇ ਜਿੰਨਾ, ਕਿਉਂਕਿ ਜਿਹੜਾ ਇਹ ਮੈਨੋਰੀਆ ਇੱਕ ਲੱਛਣ ਹੈ, ਇਹ ਮੈਨੋਰੀਆ ਰੋਗ ਨਹੀਂ, ਲੱਛਣ ਹੈ ਕਿਸੇ ਰੋਗ ਦਾ, ਭਾਵ ਪਿੱਛੇ ਇਹ ਗਲਤ ਹੋ ਰਿਹਾ ਤਾਂ ਇਹ ਲੱਛਣ ਆ ਰਿਹਾ।
So there could be health issues as well related to thyroid. जी ਜਦੋਂ ਅਸੀਂ ਗੱਲ ਕੀਤੀ ਸੀ ਵੀ ਜੇ ਥਾਇਰਾਇਡ ਤੁਹਾਡਾ ਹਾਈਪੋ ਜਾਂ ਹਾਈਪਰ ਹੈਗਾ ਤਾਂ ਹਾਈਪੋਥਾਇਰਾਇਡਿਜ਼ਮ ਤੇ ਹਾਈਪਰਥਾਇਰਾਇਡਿਜ਼ਮ ਦੋਨਾਂ ਕੰਡੀਸ਼ਨ ਦੇ ਅੰਦਰ ਹੀ ਤੁਹਾਡੀਆਂ ਓਵਰੀਜ਼ ਤੇ ਬੁਰਾ ਅਸਰ ਪੈਂਦਾ ਹੈਗਾ ਜਿਸ ਦੇ ਨਾਲ ਕਿਉਂਕਿ ਥਾਇਰਾਇਡ ਸਾਡੇ ਸਰੀਰ ਦੀ ਪੂਰੀ ਇੱਕ ਤਾਂ ਹੈਗਾ ਵੀ ਨਿਊਟ੍ਰੀਸ਼ਨ ਨੂੰ ਕੰਟਰੋਲ ਕਰਦਾ ਹੈਗਾ ਦੈਨ ਅਸਿਮੀਲੇਸ਼ਨ ਆਫ ਫੈਟ ਅਸਿਮੀਲੇਸ਼ਨ ਆਫ ਬਾਡੀ ਵੇਟ ਇਹ ਸਭ ਨੂੰ ਕੰਟਰੋਲ ਕਰਦਾ ਸੋ ਜਦੋਂ ਹੀ ਇਹ ਚੀਜ਼ ਕੰਟਰੋਲ 'ਚ ਨਹੀਂ ਰਹਿੰਦੀ ਹੈਗੀ ਜਿਸ ਨਾਲ ਅੱਗੇ ਆਪਾਂ ਗੱਲ ਕੀਤੀ ਹੈਗੀ ਕਿ ਵਜ਼ਨ ਜ਼ਿਆਦਾ ਵੱਧ ਗਿਆ ਤਾਂ ਫਿਰ ਇੰਸੂਲਿਨ ਰੈਜ਼ਿਸਟੈਂਸ ਹੋ ਗਈ ਜ਼ਿਆਦਾ ਮੇਲ ਹਾਰਮੋਨ ਬਣ ਗਏ ਅਤੇ ਫਿਰ ਕੰਡੀਸ਼ਨ ਉੱਥੇ ਹੀ ਆ ਗਈ ਸੋ ਡਿਜ਼ੀਜ਼ ਕੰਡੀਸ਼ਨ ਪਿੱਛੇ ਥਾਇਰਾਇਡ ਹੋ ਸਕਦੀ ਹੈ ਜਿਸ ਨਾਲ ਵਜ਼ਨ ਵਧਿਆ ਅਤੇ ਫਿਰ ਬੱਚੀ ਨੂੰ ਇਹ ਕੰਡੀਸ਼ਨ ਆਈ ਦੈਨ ਦੇਰ ਇਜ਼ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਜਿਹੜਾ ਕਿ ਬੱਚੀਆਂ ਦੇ ਅੰਦਰ ਬਹੁਤ ਜ਼ਿਆਦਾ ਕਾਮਨ ਹੈਗਾ ਆਪਣੀ ਕਮਿਊਨਿਟੀ ਦੇ ਅੰਦਰ ਬਹੁਤ ਜ਼ਿਆਦਾ ਕਾਮਨ ਹੈ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਦੇ ਅੰਦਰ ਤੁਹਾਡੀਆਂ ਜਿਹੜੀਆਂ ਓਵਰੀਜ਼ ਨੇ ਉਹਨਾਂ ਦੇ ਅੰਦਰ ਬਹੁਤ ਸਾਰੇ ਸਿਸਟ ਬਣ ਜਾਂਦੇ ਨੇ ਜੀ ਇਹ ਸਿਸਟ ਕਿਉਂ ਬਣਦੇ ਨੇ ਹਰ ਮਹੀਨੇ ਸਾਡੀ ਓਵਰੀਜ਼ ਦਾ ਕੰਮ ਹੈਗਾ ਲੈਫਟ ਰਾਈਟ ਵਾਰੀ ਵਾਰੀ ਉਹ ਓਵਮ ਨੂੰ ਰਿਲੀਜ਼ ਕਰਦੀਆਂ ਭਾਵ ਐਗ ਨੂੰ ਰਿਲੀਜ਼ ਕਰਦੀਆਂ ਜਿਸ ਦੇ ਨਾਲ ਫਿਰ ਚਾਂਸਿਸ ਆਫ ਪ੍ਰੈਗਨੈਂਸੀ ਹੁੰਦੇ ਹੈਗੇ ਨੇ ਪਰ ਉਹ ਬੱਚੀਆਂ ਜਿਨ੍ਹਾਂ ਦੀ ਓਵਮ ਜਿਹੜੇ ਨੇ ਉਹ ਰਿਲੀਜ਼ ਨਹੀਂ ਹੁੰਦੇ ਉਹ ਛਾਲਾ ਫੁੱਟਦਾ ਤਾਂ ਹੈ ਪਰ ਉਹ ਫੱਟ ਕੇ ਖੁੱਲਦਾ ਨਹੀਂ ਅਤੇ ਓਵਮ ਨੂੰ ਰਿਲੀਜ਼ ਨਹੀਂ ਕਰਦਾ ਉਹ ਫੁੱਲ ਕੇ ਪਾਣੀ ਜਾਂ ਫਿਰ ਹਵਾ ਨਾਲ ਭਰ ਜਾਂਦਾ ਅਤੇ ਹੌਲੀ ਹੌਲੀ ਮੰਥਲੀ ਇਹ ਸਾਈਕਲ ਚੱਲਦਾ ਹੀ ਰਹਿੰਦਾ ਅਤੇ ਓਵਰੀਆਂ ਜਿਹੜੀਆਂ ਨੇ ਮਧੂਮੱਖੀ ਦੇ ਛੱਤੇ ਵਾਂਗੂ ਛਾਲਿਆਂ ਨਾਲ ਭਰ ਜਾਂਦੀਆਂ ਹੈਗੀਆਂ ਐਂਡ ਦੈਨ ਦੇ ਸਟਾਪ ਫੰਕਸ਼ਨਿੰਗ ਔਰ ਇਹੀ ਚੀਜ਼ ਜਿਹੜੀ ਹੈ ਫਿਰ ਬਾਡੀ ਫੈਟ ਵੀ ਵਧਾਉਂਦੀ ਹੈ ਇੰਸੂਲਿਨ ਰੈਜ਼ਿਸਟੈਂਸ ਵੀ ਪੈਦਾ ਕਰਦੀ ਹੈਗੀ ਹੈ ਅਤੇ ਬੱਚੀ ਪੂਰੀ ਦੀ ਪੂਰੀ ਜਿਹੜੀ ਉਹਦੀ ਬਾਡੀ ਹੈ ਉਹ ਮੇਲ ਹਾਰਮੋਨਸ ਨਾਲ ਵਧਣ ਦੇ ਨਾਲ ਟਰਾਂਸਫਾਰਮ ਹੋਣ ਲੱਗਦੀ ਹੈਗੀ ਹੈ ਜ਼ਿਆਦਾਤਰ ਦੇਖਣ ਨੂੰ ਮਸਕੂਲਰ ਬਿਲਟ ਹੋਣ ਲੱਗਦੀ ਹੈਗੀ ਹੈ ਫੇਸ਼ੀਅਲ ਹੇਅਰ ਹੋਣ ਲੱਗਦੇ ਆਵਾਜ਼ ਵੀ ਚੇਂਜ ਹੋਣ ਲੱਗ ਜਾਂਦੀ ਹੈ ਕਈ ਬੱਚੀਆਂ ਦੀ ਔਰ ਇਹਨਾਂ ਸਾਰੀਆਂ ਕੰਡੀਸ਼ਨਸ ਨੂੰ ਜਿਨ੍ਹਾਂ ਨੂੰ ਆਪਾਂ ਡਿਸਕਸ ਕਰ ਰਹੇ ਹੈਗੇ ਹਾਂ ਇੰਟਰਨਲ ਮੈਡੀਕੇਸ਼ਨਸ ਹੋਮਿਓਪੈਥੀ ਦੇ ਨਾਲ ਬਹੁਤ ਇਫੈਕਟਿਵਲੀ ਜਿਹੜਾ ਉਹ ਟ੍ਰੀਟ ਕੀਤਾ ਜਾ ਸਕਦਾ ਔਨ ਇੰਡੀਵਿਜੁਅਲਾਈਜ਼ ਬੇਸਿਸ ਭਾਵ ਇੱਕ ਇੱਕ ਕਾਰਨ ਲੱਭ ਕੇ ਕਿਉਂ ਤੁਹਾਡੇ ਕੇਸ ਦੇ ਅੰਦਰ ਕੀ ਕਾਰਨ ਹੈ ਤੁਹਾਡੇ ਕੇਸ ਦੇ ਅੰਦਰ ਸਟ੍ਰੈਸ ਹੈਗਾ ਤੁਹਾਡੇ ਕੇਸ ਦੇ ਅੰਦਰ ਟੈਨਸ਼ਨ ਹੈਗੀ ਹੈ ਵਰੀ ਹੈ ਜਾਂ ਤੁਹਾਡੇ ਕੇਸ ਦੇ ਅੰਦਰ ਐਕਸੈਸਿਵ ਫੈਟ ਇਨਟੇਕ ਹੈਗੀ ਹੈ ਜਾਂ ਗਲਤ ਖੁਰਾਕ ਖਾ ਰਹੇ ਹੈਗੇ ਹਾਂ ਜਾਂ ਫਿਰ ਤੁਹਾਡੇ ਕੇਸ ਦੇ ਅੰਦਰ ਥਾਇਰਾਇਡ ਦੀ ਕੰਡੀਸ਼ਨ ਹੈ ਜਾਂ ਫਿਰ ਵੀ ਐਜ਼ ਵੀ ਜਸਟ ਡਿਸਕਸ ਕੇ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਹੈਗਾ ਜਿਸ ਦੇ ਨਾਲ ਹੈ ਕੰਫੀਡੈਂਸ ਚ ਨਹੀਂ ਹੈਗੀ ਤੇ ਬੱਚੀ ਸਾਰੀ ਗੱਲ ਮਾਂ ਨਾਲ ਨਹੀਂ ਕਰਦੀ ਪਹਿਲਾਂ ਤਾਂ ਉੱਥੋਂ ਹੀ ਡਿਲੇ ਸ਼ੁਰੂ ਹੋ ਜਾਂਦਾ ਫਿਰ ਇਹ ਹੈਗਾ ਕਿ ਮਾਂ ਝੱਕਦੀ ਵੀ ਨਹੀਂ ਨਹੀਂ ਇਹ ਡਾਕਟਰ ਨੂੰ ਜਾ ਕੇ ਨਹੀਂ ਦੱਸਣਾ ਉੱਥੇ ਡਿਲੇ ਸ਼ੁਰੂ ਹੋ ਜਾਂਦਾ ਹੈ ਸੋ ਵੇਅਰ ਐਜ਼ ਦਿਸ ਇਜ਼ ਅ ਮੈਡੀਕਲ ਹੈਲਥ ਕੰਡੀਸ਼ਨ ਐਗਜ਼ੈਕਟਲੀ ਜਿੱਦਾਂ ਆਪਾਂ ਸਰਦੀ ਜ਼ੁਕਾਮ ਖਾਂਸੀ ਬੁਖਾਰ ਲਈ ਡਾਕਟਰ ਕੋਲ ਜਾਂਦੇ ਹਾਂ ਉਸੇ ਹੀ ਤਰ੍ਹਾਂ ਇਹ ਚੀਜ਼ ਵੀ ਡਿਸਕਸ ਕਰਨਾ ਓਪਨਲੀ ਓਨਾ ਹੀ ਜ਼ਰੂਰੀ ਹੈ ਕਈ ਵਾਰੀ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਬੱਚੀਆਂ ਜਿਹੜੀਆਂ ਨਾ ਆਪਣੇ ਫਾਦਰ ਨਾਲ ਆਉਂਦੀਆਂ ਔਰ ਓਪਨਲੀ ਗੱਲ ਕਰਦੀਆਂ ਰੂਮ 'ਚ ਬੈਠ ਕੇ ਇਹ ਹੋ ਰਿਹਾ ਔਰ ਫਾਦਰ ਨੂੰ ਵੀ ਪੂਰਾ ਬੱਚੀ ਦੀ ਹਿਸਟਰੀ ਬਾਰੇ ਪਤਾ ਹੁੰਦਾ ਜੀ ਨਹੀਂ ਇਹ ਇਦੋਂ ਦੀ ਹੋ ਰਿਹਾ ਇੱਦਾਂ ਦਾ ਹੋ ਰਿਹਾ ਵਿਚ ਮੀਨਸ ਵੀ ਆਰ ਕੰਸਰਨਡ ਅਬਾਊਟ ਅਵਰ ਚਾਇਲਡ ਇਟ ਇਜ਼ ਚਾਇਲਡ ਫਿਜ਼ੀਕਲ ਮੈਂਟਲ ਵੈਲਬੀਂਗ ਸੋ ਪਹਿਲਾਂ ਯੈਸ ਇਸ ਨੂੰ ਡਿਸਕਸ ਕਰਨਾ ਔਨ ਟਾਈਮ ਬਹੁਤ ਜ਼ਰੂਰੀ ਹੈ ਦੂਸਰਾ ਜਿੱਦਾਂ ਆਪਾਂ ਕਿਹਾ ਨੈਗਲੀਜੈਂਸ ਜੇ ਬਹੁਤ ਲੰਬਾ ਸਮਾਂ ਅਸੀਂ ਇਸ ਨੂੰ ਇੱਦਾਂ ਹੀ ਇਗਨੋਰ ਕਰਦੇ ਰਹੀਏ ਤਾਂ ਫਰ ਲੌਂਗ ਟਰਮ ਇਸ ਦੇ ਬਹੁਤ ਜ਼ਿਆਦਾ ਜਿਹੜੇ ਕੰਪਲੀਕੇਸ਼ਨਸ ਡਿਵੈਲਪ ਹੋ ਜਾਂਦੀਆਂ ਜੀ ਜੀ ਕੰਪਲੀਕੇਸ਼ਨਸ ਦੇ ਅੰਦਰ ਸਭ ਤੋਂ ਪਹਿਲਾਂ ਬੱਚੀ ਜਿਹੜੀ ਹੈ ਜਿਹਨੂੰ ਇੱਦਾਂ ਹੋ ਰਿਹਾ ਹੈਗਾ ਜਿੱਦਾਂ ਅਸੀਂ ਕਿਹਾ ਸੀ ਇੰਸੂਲਿਨ ਰੈਜ਼ਿਸਟੈਂਸ ਹੁੰਦੀ ਹੈ ਸਰੀਰ ਦੇ ਅੰਦਰ ਤਾਂ ਉਹ ਡਾਇਬੈਟਿਕ ਵੀ ਹੋ ਸਕਦੀ ਹੈ ਬੱਚੀ ਨੂੰ ਕੱਲ੍ਹ ਨੂੰ ਸ਼ੂਗਰ ਡਿਵੈਲਪ ਹੋ ਸਕਦੀ ਕਿਉਂਕਿ ਵਜ਼ਨ ਇੰਨਾ ਉਹਦਾ ਵੱਧ ਗਿਆ ਹੈਗਾ ਮੇਜਰ ਕੰਪਲੀਕੇਸ਼ਨ ਜਿਹੜੀ ਕਿ ਹਾਂਜੀ ਅਲਾਰਮਿੰਗ ਸਾਨੂੰ ਸਾਰਿਆਂ ਨੂੰ ਹੋਏਗੀ ਤੇ ਉਹਦੇ ਬਾਰੇ ਅਸੀਂ ਕੰਸਰਨਡ ਹੋਵਾਂਗੇ ਐਂਡ ਦੈਟ ਵਿਲ ਬੀ ਦ ਇਨਫਰਟੀਲਿਟੀ ਬੱਚੀ ਦੇ ਅੰਦਰ ਇਨਫਰਟੀਲਿਟੀ ਵੀ ਹੋ ਸਕਦੀ ਹੈ ਕੱਲ੍ਹ ਨੂੰ ਇਨਫਰਟੀਲਿਟੀ ਤੋਂ ਭਾਵ ਕਿ ਬੱਚੀ ਕੱਲ੍ਹ ਨੂੰ ਕੰਸੀਵ ਨਹੀਂ ਕਰ ਪਾਏਗੀ ਜਾਂ ਫਿਰ ਫੀਮੇਲ ਕੰਸੀਵ ਨਹੀਂ ਕਰ ਪਾਏਗੀ ਐਂਡ ਉਹ ਫੈਮਿਲੀ ਨਹੀਂ ਬਣਾ ਪਾਏਗੀ ਸੋ ਇਹ ਚੀਜ਼ ਸਾਨੂੰ ਜੇ ਅੱਜ ਪਤਾ ਲੱਗੇ ਕਿ ਮੈਂ ਅੱਜ ਜੇ ਸਟਿਚ ਇਨ ਟਾਈਮ ਕਰਦੀ ਹਾਂ ਤੇ ਮੈਨੂੰ ਉਹ 9 ਟਾਂਕੇ ਨਹੀਂ ਲਾਉਣੇ ਪੈਣਗੇ ਤਾਂ ਆਈ ਥਿੰਕ ਵੀ ਵਿਲ ਸਟੈਪ ਅਪ ਟੂਡੇ ਸੋ ਅਵੇਅਰਨੈਸ ਇਜ਼ ਵੈਰੀ ਇੰਪੋਰਟੈਂਟ ਔਰ ਸਾਡੇ ਇਸ ਸ਼ੋਅ ਦਾ ਮਕਸਦ ਵੀ ਇਹੀ ਹੁੰਦਾ ਹੈਗਾ ਕਿ ਅਸੀਂ ਹਰ ਮੁੱਦੇ ਨੂੰ ਇਸ ਹਿਸਾਬ ਨਾਲ ਤੁਹਾਡੇ ਨਾਲ ਡਿਸਕਸ ਕਰੀਏ ਕਿ ਇੱਕ ਤਾਂ ਤੁਹਾਨੂੰ ਉਸ ਚੀਜ਼ ਬਾਰੇ ਇਨਫੋਰਮੇਸ਼ਨ ਮਿਲੇ ਐਜੂਕੇਸ਼ਨ ਮਿਲੇ ਔਰ ਤੁਸੀਂ ਘਰ 'ਚ ਬਹਿ ਕੇ ਓਪਨਲੀ ਇਸ ਚੀਜ਼ ਨੂੰ ਡਿਸਕਸ ਕਰਕੇ ਆਪਣੇ ਪ੍ਰੈਕਟੀਸ਼ਨਰ ਨਾਲ ਡਿਸਕਸ ਕਰਕੇ ਇਸਦਾ ਹੱਲ ਲੱਭ ਸਕੋ ਨਾ ਇਫ ਵੀ ਟਾਕ ਅਬਾਊਟ ਐਮਿਨੋਰੀਆ ਇਨ ਹੋਮਿਓਪੈਥੀ ਤਾਂ ਪਹਿਲੀ ਗੱਲ ਤਾਂ ਇਸਦਾ ਪ੍ਰਾਇਮਰੀ ਟ੍ਰੀਟਮੈਂਟ ਜਿਹੜਾ ਸਾਡੇ ਲਈ ਅਵੇਲੇਬਲ ਹੁੰਦਾ ਕਨਵੈਨਸ਼ਨਲ ਸਿਸਟਮ 'ਚ ਸਿਰਫ ਅਸੀਂ ਗੱਲ ਕੀਤੀ ਹੈ ਕੰਟਰਾਸੈਪਟਿਵ ਪਿਲਸ ਹੁੰਦੀਆਂ ਹੈਗੀਆਂ ਆਰਟੀਫਿਸ਼ਲ ਫਲੋ ਕ੍ਰੀਏਟ ਕਰਨ ਲਈ ਸਾਨੂੰ ਹਾਰਮੋਨਸ ਦਿੱਤੇ ਜਾਂਦੇ ਆ ਵੇਅਰ ਐਜ਼ ਇਨ ਹੋਮਿਓਪੈਥੀ ਇਸ ਕਹਿ ਸਕਦੇ ਹਾਂ ਕਿ ਚੰਗਲ 'ਚੋਂ ਜਾਂ ਇਸ ਵਿਸ਼ਸ ਸਾਈਕਲ 'ਚੋਂ ਨਿਕਲਿਆ ਜਾ ਸਕਦਾ ਤੁਸੀਂ ਰੈਗੂਲਰ ਫਲੋ ਕ੍ਰੀਏਟ ਕਰ ਸਕਦੇ ਹੈਗੇ ਹੋ ਵਿਦ ਮਾਈਨਿਊਟ ਡੋਜ਼ਿਸ ਆਫ ਹੋਮਿਓਪੈਥੀ ਮੈਡੀਕੇਸ਼ਨਸ ਵੈਰੀ ਇਫੈਕਟਿਵ
एंड इट डज प्रोड्यूस रिजल्ट वेरी क्विकली। बहुत जल्दी ही तुहानू कुछ ही महीनों च जिहड़ा है रिजल्ट मिलना शुरू हो जाता कि हुण हॉर्मोन साइकिल बिल्कुल ठीक है, बच्ची का वजन ठीक होना शुरू हो गया, फेशियल हेयर जिहड़े तां ऑलरेडी डिवेलप हो गए उन्हां नूं दूर नहीं किया जा सकता बट एक अगे ग्रोथ जिहड़ी है उन्हूं रोकिया जा सकता हैगा, एक्ने दूर हो जाती हैगी है, एंड दैन बच्ची जिहड़ी अपने सैल्फ कॉन्फिडेंस के अंदर वापस आ सकती है। दोस्तों साडी गलबात जिहड़ी अगले हिस्से दे विच वी जारी रहेगी। इन सारे ही जिहड़े तुसीं गलबात सुनिया ने होम्योपैथी दे विच इहदा बहुत कारगर इलाज है और तुसीं संपर्क कर सकते हो। निक्की जी कमर्शियल ब्रेक तो बाद वापस आवांगे ते अगे जाके होर गलबात करांगे जी। विल बी राइट बैक।